ਹੁਣ 12ਵੀਂ ਕਰ ਲਈ ਤੇ NDA ਦਾ ਟੈਸਟ ਦਿੱਤਾ ਪਹਿਲੀ ਵਾਰ ਮੈਂ ਫੇਲ ਹੋ ਗਿਆ ਦੂਜੀ ਵਾਰ ਦਿੱਤਾ ਫਿਰ ਮੈਂ ਫੇਲ ਹੋ ਗਿਆ ਤੀਜੀ ਵਾਰ ਦਿੱਤਾ ਫਿਰ ਮੈਂ ਫੇਲ ਹੋ ਗਿਆ Air Force ਦੇ ਇੰਟਰਵਿਊਿੰਗ ਆਫਿਸਰ ਸਿਗੇ ਉਹਨਾਂ ਨੇ ਮੇਰੀ ਅਪੀਅਰੈਂਸ ਨੂੰ ਲੈ ਕੇ ਗੱਲ ਕੀਤੀ ਉਹ ਸ਼ਾਇਦ ਮੈਨੂੰ ਇਨਸਾਈਟ ਕਰਨਾ ਚਾਹ ਰਹੇ ਸੀ ਕਿ ਸ਼ਾਇਦ ਮੈਂ ਗੁੱਸੇ 'ਚ ਆ ਕੇ ਕੀ ਜਵਾਬ ਦੇਣਾ ਕਿ ਜਿਹੜੇ ਦਾੜੀ ਖੋਲ ਕੇ ਰੱਖਦੇ ਨੇ ਉਹ ਹਾਰਡ ਲਾਈਨਰ ਹੁੰਦੇ ਨੇ ਜਾਂ ਕੱਟੜ ਹੁੰਦੇ ਨੇ ਜਾਂ ਐਕਸਟ੍ਰੀਮਿਸਟ ਹੁੰਦੇ ਨੇ ਕਿ ਜਿਹੜਾ ਇੱਕ ਬੰਦਾ ਦੇ ਜੀ ਸੇਵਾ ਕਰਨਾ ਚਾਹੁੰਦਾ ਹੈ ਵਰਦੀ ਪਾ ਕੇ ਉਹਨੂੰ ਉਹ ਮੌਕਾ ਕਿਉਂ ਨਹੀਂ ਦਿੱਤਾ ਜਾ ਰਿਹਾ ਤੇ ਪਿੱਛੋਂ ਜਿਹੜੇ ਪੁਲਿਸ ਵਾਲਿਆਂ ਉਹਨਾਂ ਦੇ ਸਪੀਕਰ ਤੋਂ ਆਵਾਜ਼ ਵੀ ਆ ਰਹੀ ਹੈ 1 ਮਿੰਟ ਲੈਫਟ 30 ਸੈਕਿੰਡ ਲੈਫਟ 20 ਸੈਕਿੰਡ ਲੈਫਟ ਤੇ ਮੇਰੇ ਕੋਲ ਮੰਜ਼ਿਰ ਸਾਹਮਣੇ ਸੀ ਫੇਲਿਅਰ ਫੇਲਿਅਰ ਨੂੰ ਅਸੀਂ ਇੱਕ ਬਹੁਤ 네ਗੇਟਿਵ ਵਰਡ ਸਮਝਦੇ ਹਾਂ ਬਚਪਨ 'ਚ ਸਾਡੇ ਪੇਰੈਂਟਸ ਸਾਡੇ ਟੀਚਰਸ ਸਾਨੂੰ ਕਹਿੰਦੇ ਨੇ ਅਗਰ ਤੂੰ ਫੇਲ ਹੋਇਆ ਤੈਨੂੰ ਇਹ ਪਨਿਸ਼ਮੈਂਟ ਦਿੱਤੀ ਜਾਏਗੀ ਅਗਰ ਤੂੰ ਫੇਲ ਹੋਇਆ ਤੇਰੇ ਨਾਲ ਇਹ ਕੀਤਾ ਜਾਏਗਾ ਬਟ ਮੇਰੇ ਤਜਰਬੇ ਇਹ ਕਹਿੰਦੇ ਨੇ ਕਿ ਫੇਲਿਅਰ ਐਨੀ ਵੀ ਮਾੜੀ ਚੀਜ਼ ਨਹੀਂ ਇੱਕ ਹਿੰਦੀ ਕਵੀ ਦੀ ਰਚਨਾ ਹੈ ਉਹ ਕਹਿੰਦੇ ਨੇ ਕਿ ਦੋ ਪਹਾੜੋਂ ਕੋ ਪੁਲ ਹੀ ਨਹੀਂ ਖਾਈ ਵੀ ਜੋੜਤੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਦਮਨ ਸਿੰਘ ਤੇ ਤੁਸੀਂ ਮੇਰੀਆਂ ਡਾਈਟ ਫਿਟਨੈਸ ਤੇ ਬੋਡੀ ਬਿਲਡਿੰਗ ਰਿਲੇਟਿਡ ਵੀਡੀਓਸ ਤਾਂ ਦੇਖਿਆ ਹੀ ਹੋਣੀਆਂ ਲੇਕਿਨ ਉਹ ਵੀਡੀਓਸ ਤੋਂ ਪਹਿਲਾਂ ਤੱਕ ਦਾ ਸਫ਼ਰ ਤੁਹਾਨੂੰ ਸ਼ਾਇਦ ਨਹੀਂ ਪਤਾ ਉਹਦੇ ਬਾਰੇ ਮੈਂ ਅੱਜ ਗੱਲ ਕਰਨਾ ਆ ਹੁਣ ਹਾਲਾਤ ਕੁਝ ਐਦਾਂ ਦੇ ਸੀ ਕਿ ਮੇਰਾ ਸ਼ੁਰੂ ਤੋਂ ਹੀ ਇੱਕ ਯੂਨੀਫਾਰਮਡ ਆਫੀਸਰ ਬਣਨ ਦਾ ਚਾਹ ਮੈਨੂੰ ਰਹਿੰਦਾ ਸੀ ਸ਼ਾਇਦ ਆਪਣੇ ਫਾਦਰ ਸਾਹਿਬ ਤੋਂ ਮੈਂ ਦੇਖਦਾ ਸੀ ਕਿਉਂਕਿ ਉਹ ਮਿਲਟਰੀ ਦੇ ਵਿੱਚ ਸੀ ਤੇ ਮੈਨੂੰ ਵੀ ਚਾਹ ਹੁੰਦਾ ਸੀ ਕਿ ਮੈਂ ਮਿਲਟਰੀ ਆਫੀਸਰ ਬਣਾ ਤੇ ਇਸ ਲਈ ਮੈਂ 11 12 ਦੇ ਵਿੱਚ ਨੌਨ ਮੈਡੀਕਲ ਲਈ ਕਿਉਂਕਿ ਉਸ ਤੋਂ ਬਾਅਦ ਮੈਂ ਐਨਡੀਏ ਐਗਜ਼ਾਮ ਦੇ ਕੇ ਮਿਲਟਰੀ ਦੇ ਵਿੱਚ ਜਾ ਸਕਦਾ ਸੀ ਹਾਲਾਂਕਿ ਮੇਰਾ ਮੈਥਮੈਟਿਕਸ ਬਹੁਤ ਵੀਕ ਸੀ ਫਿਰ ਵੀ ਮੈਂ ਨਾਨ ਮੈਡੀਕਲ ਲਈ ਤਾਂ ਕਿ ਮੈਂ ਐਨਡੀਏ ਪਾਸ ਕਰ ਪਾਵਾਂ ਹੁਣ 12ਵੀਂ ਕਰ ਲਈ ਤੇ ਐਨਡੀਏ ਦਾ ਟੈਸਟ ਦਿੱਤਾ ਪਹਿਲੀ ਵਾਰ ਮੈਂ ਫੇਲ ਹੋ ਗਿਆ ਦੂਜੀ ਵਾਰ ਦਿੱਤਾ ਫਿਰ ਮੈਂ ਫੇਲ ਹੋ ਗਿਆ ਤੀਜੀ ਵਾਰ ਦਿੱਤਾ ਫਿਰ ਮੈਂ ਫੇਲ ਹੋ ਗਿਆ ਹੁਣ ਬੰਦੇ ਕਹਿਣਗੇ ਵੀ ਤਿੰਨ ਵਾਰ ਫੇਲ ਹੋ ਗਿਆ ਇਹ ਤਾਂ ਇੱਕ ਫੇਲੀਅਰ ਹੋ ਚੁੱਕਿਆ ਬਟ ਮੈਂ ਉਸ ਫੇਲੀਅਰ ਨੂੰ ਵੀ ਆਪਣੀ ਐਡਵਾਂਟੇਜ ਚ ਲਿਆ ਭਾਵੇਂ ਮੈਂ ਫੇਲ ਹੋ ਗਿਆ ਸੀ ਬਟ ਓ ਐਨਡੀਏ ਦੇ ਐਗਜ਼ਾਮਸ ਨੇ ਮੇਰੀ ਇੰਗਲਿਸ਼ ਬਹੁਤ ਇੰਪਰੂਵ ਕਰਤੀ ਮੇਰੀ ਜਨਰਲ ਨੋਲੇਜ ਵੀ ਬਹੁਤ ਇੰਪਰੂਵ ਕਰਤੀ ਮੈਂ ਸੋਚਿਆ ਚਲੋ ਹੁਣ ਹੋਰ ਵੱਡਾ ਕਰਦੇ ਹਾਂ ਕੁਝ ਤੇ ਇੰਜੀਨੀਅਰਿੰਗ ਚ ਐਡਮਿਸ਼ਨ ਲੈ ਕੇ ਮੈਂ ਦੁਬਾਰਾ ਇਹ ਪੇਪਰ ਦੇ ਸਕਾਂਗਾ ਸੀਡੀਐਸ ਦੇ ਰਹੀ ਜਾਂ ਐਫਕੈਡ ਦੇ ਰਹੀ 4 ਸਾਲ ਇੰਜੀਨੀਅਰਿੰਗ ਚ ਲਾਇਏ ਉਦੋਂ ਉਦੋਂ ਵੀ ਮੈਂ ਨਾਲ-ਨਾਲ ਜਿਮ ਵਗੈਰਾ ਕਰ ਰਿਹਾ ਸੀ ਤੇ ਫਿਟਨੈਸ ਦੀ ਕਿਤਾਬਾਂ ਪੜ ਰਿਹਾ ਸੀ ਇੰਜੀਨੀਅਰਿੰਗ ਖਤਮ ਹੋਈ ਤੇ ਨਾਲ ਦੀ ਨਾਲ ਮੈਂ ਸੀਡੀਐਸ ਦਾ ਪੇਪਰ ਪਾਸ ਕਰਕੇ ਅਲਹਾਬਾਦ ਇੰਟਰਵਿਊ ਦੇਣ ਗਿਆ ਹੁਣ ਜਿੰਨਾ ਮੇਰੇ ਈਵਰਸ ਨੂੰ ਨਹੀਂ ਪਤਾ ਦੱਸਦਾ ਇਹ ਸੀਡੀਐਸ ਦਾ ਇੰਟਰਵਿਊ 5 ਦਿਨ ਦਾ ਇੰਟਰਵਿਊ ਹੁੰਦਾ ਹੈ ਇੱਕ ਨਹੀਂ ਦੋ ਨਹੀਂ 5 ਦਿਨ ਦਾ ਇੰਟਰਵਿਊ ਪੂਰਾ ਥੋਰਲੀ ਇੰਟਰਵਿਊ ਹੁੰਦਾ ਤੁਹਾਡਾ ਤੁਹਾਡੇ ਮੈਂਟਲ ਲੈਵਲ ਤੁਹਾਡੀ ਸਾਈਕੋਲੋਜੀ ਤੁਹਾਡੇ ਫਿਜ਼ੀਕਲ ਫਿਟਨੈਸ ਹਰ ਚੀਜ਼ ਟੈਸਟ ਕੀਤੀ ਜਾਂਦੀ ਹੈ ਮੈਨੂੰ ਬੜਾ ਚਾਹ ਸੀ ਕਿ ਮੈਂ ਪੇਪਰ ਪਾਸ ਕਰ ਲਿਆ ਹੁਣ ਮੈਂ ਇੰਟਰਵਿਊ ਦੇਣ ਜਾ ਸਕਦਾ ਤੇ ਉਹਨਾਂ ਨੇ ਮੈਨੂੰ ਏਸੀ ਦੀ ਟਿਕਟ ਹੁੰਦੀ ਹੈ ਟ੍ਰੇਨ ਦੀ ਉਹ ਭੇਜੀ ਤੇ ਪਹਿਲੀ ਵਾਰ ਏਸੀ ਦੇ ਡੱਬੇ 'ਚ ਟਰੈਵਲ ਕਰਕੇ ਮੈਂ ਪੰਜਾਬ ਤੋਂ ਬਾਹਰ ਗਿਆ ਅਲਾਹਾਬਾਦ ਗਿਆ ਉੱਥੇ ਪਹੁੰਚਿਆ ਤੇ ਪਹਿਲੇ ਹੀ ਦਿਨ ਮੈਂ ਇੰਟਰਵਿਊ 'ਚੋਂ ਆਊਟ ਹੋ ਗਿਆ ਹੁਣ ਪਹਿਲੇ ਦਿਨ ਆਊਟ ਤਾਂ ਹੋਇਆ ਬਟ ਇਸ ਗੱਲ ਤੋਂ ਹਤਾਸ਼ ਹੋਣ ਦੀ ਬਜਾਏ ਜਾਂ ਉਦਾਸ ਹੋਣ ਦੀ ਬਜਾਏ ਮੈਂ ਕਿਹਾ ਚਲੋ ਨਾਲ ਪਟਨਾ ਸਾਹਿਬ ਵੀ ਹੈ ਉੱਥੇ ਮੱਥਾ ਟੇਕ ਆਈਏ ਮੈਂ ਟ੍ਰੇਨ ਫੜੀ ਤੇ ਬਾਕੀ ਦੇ 4 ਦਿਨ ਪਟਨਾ ਸਾਹਿਬ ਬਿਤਾ ਕੇ ਆਇਆ ਤੇ ਘੁੰਮਦਾ ਘੁਮਦਾ ਪੰਜਾਬ ਵਾਪਿਸ ਆ ਗਿਆ ਵਾਪਸ ਆਇਆ ਜੀ ਤੇ ਫਿਰ ਮੈਂ ਐਫ ਕੈਡ ਦੇ ਇਗਜ਼ਾਮ ਦੇਣੇ ਸ਼ੁਰੂ ਕੀਤੇ 에ਅਰ ਫੋਰਸ ਦੇ ਇਗਜ਼ਾਮ ਇਸ ਸਾਲ ਚ ਦੋ ਵਾਰ ਹੁੰਦੇ ਨੇ ਮੈਂ ਲਗਾਤਾਰ 3 ਸਾਲ ਐਫ ਕੈਡ ਦੇ ਇਗਜ਼ਾਮ ਦਿੱਤੇ ਤੇ ਲਗਾਤਾਰ 6 ਦੇ 6 ਵਾਰ ਪਾਸ ਕੀਤੇ ਤੇ 6 ਵਾਰ ਇੰਟਰਵਿਊ ਦੇਣ ਗਿਆ ਹੁਣ ਮੈਂ ਪੂਰੇ ਇੰਡੀਆ ਦੀ ਅਲੱਗ-ਅਲੱਗ ਥਾਵਾਂ ਤੇ ਇੰਟਰਵਿਊ ਦੇਣ ਜਾ ਰਿਹਾ ਸੀ ਕਦੇ ਗੁਜਰਾਤ ਕਦੇ ਵਰਨਸੀ ਕਦੇ ਉੱਤਰਾਖੰਡ ਸਾਰੀ ਜਗ੍ਹਾ ਮੇਰੇ ਲਈ ਇੱਕ ਨਵੇਂ ਐਕਸਪੀਰੀਅੰਸ ਸੀ ਇਹ ਸਿਰਫ ਇੰਟਰਵਿਊ ਹੀ ਨਹੀਂ ਬਟ ਕਿ ਮੇਰਾ ਦਿਮਾਗ ਵੀ ਖੁੱਲ ਰਿਹਾ ਸੀ ਇਹ ਸਭ ਜਗ੍ਹਾ ਤੇ ਜਾ ਕੇ ਨਵੇਂ-ਨਵੇਂ ਲੋਕਾਂ ਨੂੰ ਮਿਲ ਕੇ ਨਵੇਂ-ਨਵੇਂ ਸਟੂਡੈਂਟਸ ਨੂੰ ਮਿਲ ਕੇ ਜੋ ਕਿ ਇੰਡੀਆ ਦੇ ਹਰ ਕੋਨੇ ਤੋਂ ਆਏ ਹੁੰਦੇ ਸੀ ਇੰਟਰਵਿਊ ਪਾਸ ਹੋਇਆ ਨਹੀਂ ਇਹ ਗੱਲ ਮੈਟਰ ਨਹੀਂ ਕਰਦੀ ਬਟ ਇਹ ਜੋ ਮੇਰੇ ਐਕਸਪੀਰੀਅੰਸ ਸੀ ਇਹਨਾਂ ਨੇ ਮੈਨੂੰ ਇੱਕ ਬੈਟਰ ਪਰਸਨੈਲਿਟੀ ਬਣਾਇਆ ਮੈਨੂੰ ਨਵੇਂ-ਨਵੇਂ ਲੋਕਾਂ ਦੀ ਵਿਚਾਰਧਾਰਾ ਤੇ ਹਰ ਰੀਜਨ ਦਾ ਬੰਦਾ ਕਿਵੇਂ ਸੋਚਦਾ ਹੈ ਉਹਨਾਂ ਬਾਰੇ ਪਤਾ ਲੱਗਿਆ ਹੁਣ ਜਦੋਂ ਮੈਂ ਪਹਿਲੀ ਵਾਰ ਵਰਨਨ ਸੀ ਗਿਆ ਤਾਂ ਉੱਥੇ ਮੈਨੂੰ ਕਿਸੇ ਨੇ ਸਿਗਰਟ ਪੀਣ ਲਈ ਆਫਰ ਕਰਤੀ ਹੁਣ ਅਗਰ ਪੰਜਾਬ ਚ ਕੋਈ ਕਿਸੇ ਸਰਦਾਰ ਨੂੰ ਕੋਈ ਸਿਗਰਟ ਪੀਣ ਲਈ ਆਫਰ ਕਰ ਦੇ ਤੇ ਉਹ ਬਹੁਤ ਅਗਰੈਸਿਵ ਹੋ ਜਾਏਗਾ ਜਾਂ ਗੁੱਸਾ ਹੋ ਜਾਏਗਾ ਹੁਣ ਕਿਉਂਕਿ ਮੈਨੂੰ ਅਲੱਗ-ਅਲੱਗ ਜਗ੍ਹਾ ਦਾ ਐਕਸਪੀਰੀਅੰਸ ਸੀ ਤੇ ਮੈਨੂੰ ਪਤਾ ਸੀ ਕਿ ਲੋਕਾਂ ਨੂੰ ਅਵੇਅਰਨੈਸ ਨਹੀਂ ਹੈ ਇਸ ਚੀਜ਼ ਬਾਰੇ ਤੇ ਮੈਂ ਉਹਨਾਂ ਨੂੰ ਸਮਝਾਇਆ ਕਾਮਲੀ ਸਮਝਾਇਆ ਤੇ ਉਹ ਇਹ ਗੱਲ ਨੂੰ ਸਮਝਿਆ ਐਂਡ ਹੀ ਅਪੋਲੋਜਾਈਜ਼ਡ ਕਿ ਆਸ ਤੋਂ ਬਾਅਦ ਕਿਸੇ ਸਰਦਾਰ ਨੂੰ ਸਿਗਰਟ ਪੀਣ ਲਈ ਨਹੀਂ ਕਹੂੰਗਾ एफकेड ਦੇ ਪਹਿਲੇ ਇੰਟਰਵਿਊ ਦੇ ਵਿੱਚ ਕਾਫੀ ਕੁਝ ਨਵਾਂ ਸਿੱਖਣ ਨੂੰ ਮਿਲਿਆ ਉੱਥੇ ਕੁੱਕ ਹੁੰਦੇ ਨੇ ਇਨਫੈਕਟ ਮੇਰੀ ਤਾਰੀਫ ਕਰਨ ਲੱਗੇ ਕਿ ਤੁਹਾਡੀ ਬੀਅਰਡ ਬਹੁਤ ਅੱਛੀ ਹੈ ਇਹ ਮੇਰੇ ਨਾਲ ਪਹਿਲੀ ਵਾਰ ਹੋ ਰਿਹਾ ਸੀ ਕਿ ਇੱਕ ਬਾਹਰ ਦਾ ਬੰਦਾ ਇੱਕ ਯੂਪੀ ਦਾ ਬੰਦਾ ਮੈਨੂੰ ਕਹਿ ਰਿਹਾ ਸੀ ਕਿ ਤੁਹਾਡੀ ਬੀਅਰਡ ਬਹੁਤ ਅੱਛੀ ਹੈ ਤੇ ਮੈਨੂੰ ਹੋਰ ਨਾਲ ਦੇ ਸਟੂਡੈਂਟਸ ਕਹਿ ਰਹੇ ਸੀ ਤੁਹਾਡੀ ਫਿਜ਼ਿਕ ਬਹੁਤ ਅੱਛੀ ਹੈ ਇਹ ਮੇਰੇ ਲਈ ਸਭ ਨਵੇਂ ਐਕਸਪੀਰੀਐਂਸ ਸੀ ਇੰਟਰਵਿਊ ਦੇਣ ਗਿਆ ਉੱਥੇ ਬੈਠਿਆ ਉੱਥੇ ਜਿਹੜੇ 에ਅਰਫੋਰਸ ਦੇ ਇੰਟਰਵਿਊਇੰਗ ਆਫਿਸਰ ਸੀਗੇ ਉਹਨਾਂ ਨੇ ਮੇਰੀ ਅਪੀਅਰੈਂਸ ਨੂੰ ਲੈ ਕੇ ਗੱਲ ਕੀਤੀ ਉਹ ਸ਼ਾਇਦ ਮੈਨੂੰ ਇਨਸਾਈਟ ਕਰਨਾ ਚਾਹ ਰਹੇ ਸੀ ਕਿ ਸ਼ਾਇਦ ਮੈਂ ਗੁੱਸੇ 'ਚ ਆ ਕੇ ਕੀ ਜਵਾਬ ਦੇਣਾ ਉਹਨਾਂ ਨੇ ਮੈਨੂੰ ਕਿਹਾ ਕਿ ਕੀ ਤੂੰ ਦਮਨ ਹਮੇਸ਼ਾ ਐਦਾਂ ਹੀ ਰਹਿਣਾ ਹੈ ਕਿ ਤੇਰੀ ਦਾੜੀ ਹਮੇਸ਼ਾ ਐਦਾਂ ਖੁੱਲੀ ਰਹਿੰਦੀ ਹੈ ਮੈਂ ਕਿਹਾ ਹਾਂਜੀ ਸਰ ਐਦਾਂ ਹੀ ਰਹਿੰਦੀ ਹੈ ਤੇ ਉਹਨਾਂ ਨੇ ਮੈਨੂੰ ਪੁੱਛਿਆ ਕਿ ਪੰਜਾਬ 'ਚ ਸਾਰਿਆਂ ਦੀ ਦਾੜੀ ਐਦਾਂ ਰਹਿੰਦੀ ਹੈ ਮੈਂ ਕਿਹਾ ਨਹੀਂ ਐਦਾਂ ਸਭ ਦੀ ਆਪਣੀ ਆਪਣੀ ਮਰਜ਼ੀ ਰਹਿੰਦੀ ਹੈ ਤੇ ਫਿਰ ਉਹਨਾਂ ਨੇ ਕਿਹਾ ਕਿ ਦਮਨ ਮੈਨੂੰ ਐ ਲੱਗਦਾ ਕਿ ਜਿਹੜੇ ਦਾੜੀ ਖੋਲ ਕੇ ਰੱਖਦੇ ਨੇ ਉਹ ਹਾਰਡ ਲਾਈਨਰ ਹੁੰਦੇ ਨੇ ਜਾਂ ਕੱਟੜ ਹੁੰਦੇ ਨੇ ਜਾਂ ਐਕਸਟਰੀਮਿਸਟ ਹੁੰਦੇ ਨੇ ਹੁਣ ਇਸ ਸਵਾਲ ਤੇ ਮੈਂ ਸਮਾਈਲ ਕਰ ਰਿਹਾ ਸੀ ਤੇ ਮੈਂ ਉਹਨਾਂ ਨੂੰ ਸਮਝਾਇਆ ਸਰ ਅਗਰ ਮੈਂ ਕਟਟ ਹੁੰਦਾ ਜਾਂ ਏਦਾਂ ਦਾੜੀ ਖੋਲ ਲੈਣਾ ਕੋਈ ਹਾਰਡ ਲਾਈਨਰ ਬਣ ਜਾਂਦਾ ਤਾਂ ਮੈਂ ਇੱਥੇ ਨਾ ਇੱਥੇ ਆਪਣੇ ਦੇਸ਼ ਦੀ ਸੇਵਾ ਕਰਨ ਲਈ ਨਾ ਆਇਆ ਹੁੰਦਾ ਉਹ ਵੀ ਇਸ ਗੱਲ ਤੇ ਸਮਾਈਲ ਕਰ ਰਹੀ ਸੀ ਉਹ ਜੋ ਮੇਰੇ ਤੋਂ ਜਵਾਬ ਚਾਹੁੰਦੇ ਸੀ ਸ਼ਾਇਦ ਉਹਨਾਂ ਨੂੰ ਮਿਲ ਗਿਆ ਸੀ ਇਹ ਸਭ ਤਾਂ ਹੀ ਹੋਇਆ ਕਿਉਂਕਿ ਮੇਰੇ ਐਕਸਪੀਰੀਐਂਸਿਸ ਡਾਇਵਰਸ ਹੋ ਚੁੱਕੇ ਸੀ ਮੈਨੂੰ ਇਹ ਗੱਲ ਸਮਝ ਆ ਚੁੱਕੀ ਸੀ ਕਿ ਕਿਸੇ ਕੋਈ ਤੁਹਾਨੂੰ ਇਨਸਾਈਟ ਕਰੇ ਤੇ ਉਸ ਤੇ ਗੁੱਸਾ ਨਹੀਂ ਹੋਣਾ ਉਹਨੂੰ ਪਿਆਰ ਨਾਲ ਸਮਝਾਣਾ ਹੈ ਤੇ ਉਹਦੀ ਗੱਲ ਨੂੰ ਕਾਮਲੀ ਲੈਣਾ ਚਲੋ 6 ਵਾਰ ਐਫ ਕੈਟ एग्जाम ਦਿੱਤੇ 3 ਸਾਲ ਲਗਾਤਾਰ ਹੁਣ ਐਦਾਂ ਹੋ ਗਿਆ ਸੀ ਵੀ ਘਰ ਦੇ ਵੀ ਕਹਿਣ ਲੱਗੇ ਸੀ ਕਿ ਤੂੰ ਇੰਨੇ एग्जाम ਦੇਤੇ ਤੇਰਾ ਕੋਈ ਪਾਸ ਨਹੀਂ ਹੁੰਦਾ ਤੂੰ ਪੇਪਰ ਪਾਸ ਕਰ ਲੈਣਾ ਪਰ ਤੇਰਾ ਇੰਟਰਵਿਊ ਕਲੀਅਰ ਨਹੀਂ ਹੁੰਦਾ ਤੂੰ ਕਰ ਕੀ ਰਿਹਾ ਹੁਣ ਮੈਂ ਆਪਣੇ ਵਿਊਅਰਸ ਨੂੰ ਇਹ ਗੱਲ ਦੱਸਦਾ ਕਿ ਜਿਹੜੇ ਆਰਮਡ ਫੋਰਸਿਸ ਦੇ एग्जाम ਹੁੰਦੇ ਨੇ ਫਾਈਨਲ ਸਿਲੈਕਸ਼ਨ ਹੁੰਦੀ ਹੈ ਉਹ ਸਿਰਫ ਹਾਰਡ ਵਰਕ ਤੇ ਮੈਟਰ ਨਹੀਂ ਕਰਦੀ ਉਹਦੇ ਵਿੱਚ ਤੁਹਾਡੀ ਸਾਈਕੋਲੋਜੀ ਬਹੁਤ ਮੈਟਰ ਕਰਦੀ ਹੈ ਜਿਸ ਤੇ ਤੁਹਾਡਾ ਕੋਈ ਹੱਥ ਨਹੀਂ ਰਹਿੰਦਾ ਤੁਸੀਂ ਹਾਰਡਵਰਕ ਨਾਲ ਐਗਜ਼ਾਮ ਤਾਂ ਪਾਸ ਕਰ ਦੋਗੇ ਲੇਕਿਨ ਹਾਰਡਵਰਕ ਨਾਲ ਤੁਸੀਂ ਆਰਮਡ ਫੋਰਸਿਸ ਦੇ ਇੰਟਰਵਿਊ ਕ੍ਰੈਕ ਨਹੀਂ ਕਰ ਸਕਦੇ 6 ਵਾਰ ਐਗਜ਼ਾਮ ਪਾਸ ਨਾ ਕਰ ਪਾਉਣ ਤੋਂ ਬਾਅਦ ਉਸ ਉਸ ਟਾਈਮ 2015 ਦੇ ਵਿੱਚ ਦਿੱਲੀ ਪੁਲਿਸ ਸਬ ਇੰਸਪੈਕਟਰ ਦੀ ਜੌਬਸ ਨਿਕਲੀਆਂ ਮੈਂ ਕਿਹਾ ਚਲੋ ਯੂਨੀਫਾਰਮ ਤਾਂ ਪੁਲਿਸ ਦੀ ਵੀ ਹੈ ਤੇ ਯੂਨੀਫਾਰਮ ਮਿਲਟਰੀ ਦੀ ਵੀ ਹੈ ਜਿਹੜੀ ਮੈਂ ਪਾਣੀ ਚਾਹੁੰਦਾ ਸੀ ਉਹ ਸ਼ਾਇਦ ਨਹੀਂ ਪਾ ਪਾਇਆ ਤੇ ਚਲੋ ਪੁਲਿਸ ਦੀ ਪਾਨੇ ਆ 2015 ਚ ਮੈਂ ਐਗਜ਼ਾਮ ਕਲੀਅਰ ਕੀਤਾ ਦਿੱਲੀ ਪੁਲਿਸ ਦੇ ਸਬ ਇੰਸਪੈਕਟਰ ਦਾ ਹੁਣ ਮੈਂ ਉਸ ਟਾਈਮ ਜਿਮ ਜਾਂਦਾ ਸੀ ਜਦੋਂ ਮੇਰਾ ਫਿਜ਼ੀਕਲ ਆਇਆ ਮੈਂ ਥੋੜਾ ਓਵਰ ਕੌਨਫिडेंट ਸੀ ਕਿ ਮੈਂ ਤਾਂ ਫਿਜ਼ੀਕਲ ਪਾਸ ਕਰ ਹੀ ਦੂੰਗਾ ਕਿਉਂਕਿ ਮੈਂ ਤਾਂ ਜਿਮ ਜਾਂਦਾ ਮੈਂ ਤਾਂ ਮੈਂ ਤਾਂ ਫਿਟ ਹਾਂ ਬਟ ਜਦੋਂ ਫਿਜ਼ੀਕਲ ਦੇਣ ਗਿਆ ਤਾਂ ਉੱਥੇ ਮੇਰੇ ਤੋਂ ਫਿਜ਼ੀਕਲ ਰਨਿੰਗ 1600 ਮੀਟਰ ਦੀ ਪਾਸ ਨਹੀਂ ਹੋਈ ਮੈਨੂੰ ਬੜਾ ਝਟਕਾ ਲੱਗਿਆ ਮੈਨੂੰ ਬੜੀ ਬੇਇੱਜ਼ਤੀ ਫੀਲ ਹੋਈ ਕਿ ਮੇਰੇ ਤੋਂ ਇਹ ਪਾਸ ਕਿਉਂ ਨਹੀਂ ਹੋਇਆ ਫਿਰ ਨੈਕਸਟ ਇਅਰ ਅਗੇਨ ਮੈਂ ਦਿੱਲੀ ਪੁਲਿਸ ਦਾ ਐਗਜ਼ਾਮ ਦਿੱਤਾ ਤੇ ਪਾਸ ਕੀਤਾ ਇਸ ਵਾਰ ਮੈਂ ਫਿਜ਼ੀਕਲ ਪਾਸ ਕਰਨਾ ਹੀ ਕਰਨਾ ਸੀ ਮੈਂ ਪ੍ਰੈਕਟਿਸ ਕੀਤੀ ਰਨਿੰਗ ਦੀ ਕਰਦਾ ਗਿਆ ਦੌੜਦਾ ਗਿਆ ਹਾਈ ਜੰਪ ਲੌਂਗ ਜੰਪ ਹਰ ਇੱਕ ਚੀਜ਼ ਦੀ ਪ੍ਰੈਕਟਿਸ ਕੀਤੀ ਹੁਣ ਉਹ ਦਿਨ ਆ ਗਿਆ ਸੀ ਜਦੋਂ ਮੈਂ ਫਾਈਨਲੀ ਇੱਕ ਵਾਰ ਹੋਰ ਫਿਜ਼ੀਕਲੀ ਅਪੀਅਰ ਹੋਣਾ ਸੀ ਜੋ ਕਿ ਮੈਂ ਲਾਸਟ ਈਅਰ ਫੇਲ ਹੋ ਚੁੱਕਾ ਸੀ ਮੈਂ 1600 ਮੀਟਰ ਰੇਸ ਪਾਸ ਕਰਨੀ ਸੀ 6.5 ਮਿੰਟ ਦੇ ਵਿੱਚ ਮੈਂ ਉਹ ਟ੍ਰੈਕ ਟ੍ਰੈਕ ਦੇ ਉੱਤੇ ਭੱਜ ਰਿਹਾ ਵੱਖੀਆਂ ਚ ਮੇਰੇ ਦਰਦ ਹੋ ਰਿਹਾ ਥੋੜਾ ਸਾਹ ਵੀ ਚੜ ਰਿਹਾ ਤੇ ਦਿਲ ਕਰ ਰਿਹਾ ਕਿ ਕੁਇਟ ਕਰਦਾ ਛੱਡਦਾ ਤੇ ਰੁਕ ਜਾ ਤੇ ਪਿੱਛੋਂ ਜਿਹੜੇ ਪੁਲਿਸ ਵਾਲਿਆਂ ਉਹਨਾਂ ਦੇ ਸਪੀਕਰ ਤੋਂ ਆਵਾਜ਼ ਵੀ ਆ ਰਹੀ ਹੈ 1 ਮਿੰਟ ਲੈਫਟ 30 ਸੈਕਿੰਡ ਲੈਫਟ 20 ਸੈਕਿੰਡ ਲੈਫਟ ਤੇ ਮੇਰੇ ਕੋਲ ਮੰਜ਼ਿਰ ਸਾਹਮਣੇ ਸੀ ਮੈਂ ਉਹ ਲਾਈਨ ਕਰਾਸ ਕਰਨੀ ਚਾਹਣਾ 20 ਸੈਕਿੰਡ ਰਹਿ ਗਏ 10 ਸੈਕਿੰਡ ਰਹਿ ਗਏ ਕਰਦਾ ਕਰਾਂਦਾ ਪੂਰੇ ਮੈਂ ਪੂਰੇ ਟਾਈਮ ਤੇ ਹੀ ਮੈਂ ਲਾਈਨੋਂ ਕਰਾਸ ਕੀਤੀ ਤੇ ਮੇਰਾ ਫਿਜ਼ੀਕਲ ਵੀ ਪਾਸ ਹੋ ਗਿਆ ਹੁਣ ਮੈਂ ਬਹੁਤ ਖੁਸ਼ ਐਗਜ਼ਾਮ ਪਾਸ ਕਰ ਲਿਆ ਸੀ ਵਧੀਆ ਨੰਬਰਾਂ ਨਾਲ ਫਿਜ਼ੀਕਲ ਵੀ ਪਾਸ ਕਰ ਲਿਆ ਸੀ ਤੇ ਮੈਂ ਆਰਮਨਲ ਬੈਠਾ ਮੈਂ ਕਿਹਾ ਚਲੋ ਹੁਣ ਮੈਡੀਕਲ ਦੇਣ ਜਾਵਾਂਗੇ ਮੈਡੀਕਲ ਤਾਂ ਮੈਂ ਫਿਟ ਫਾਈਨ ਬੰਦਾ ਮੈਨੂੰ ਮੈਡੀਕਲ ਚੋਂ ਕੀ ਹੋਣਾ ਹੈ ਹਰ ਇੱਕ ਚੀਜ਼ ਸਹੀ ਆਏਗੀ ਬਟ ਜਦੋਂ ਮੈਡੀਕਲ ਦੇਣ ਗਏ ਉੱਥੇ ਮੇਰੇ ਨਾਲ ਹੋਰ ਵੀ ਮੁੰਡੇ ਸੀ ਅਲੱਗ-ਅਲੱਗ ਤਰ੍ਹਾਂ ਦੇ ਤੇ ਵਿਊਅਰਸ ਨੂੰ ਸ਼ਾਇਦ ਨਾ ਪਤਾ ਹੋਵੇ ਮੈਨੂੰ ਵੀ ਨਹੀਂ ਪਤਾ ਸੀ ਕਿ ਇੱਕ ਚੀਜ਼ ਹੁੰਦੀ ਹੈ ਜਿਹਨੂੰ ਕਹਿੰਦੇ ਆ ਵੈਰੀਕੋਸ ਵੇਇਨਸ ਕਿ ਆਪਣੀਆਂ ਵੇਇਨਸ ਦਿਖ ਰੀਆਂ ਹੁੰਦੀਆਂ ਕੁਝ ਮੈਡੀਕਲ ਕੰਡੀਸ਼ਨ ਹੋ ਸਕਦੀ ਹੈ ਤੇ ਉੱਥੇ ਜਿਹੜਾ ਡਾਕਟਰ ਬੈਠਾ ਸੀ ਉਹਨੇ ਮੈਨੂੰ ਦੇਖ ਕੇ ਹੀ ਮੇਰੇ ਲੈਗਸ ਨੂੰ ਮੈਡੀਕਲ ਦੇ ਰਿਜੈਕਟ ਕਰਤਾ ਕਹਿੰਦੇ ਤੁਹਾਨੂੰ ਵੈਰੀਕੋਸ ਵੇਇਨਸ ਐ ਜਿੱਦਾਂ ਕਿ ਮੈਂ ਦੱਸਿਆ ਕਿ ਮੈਂ ਜਿਮ ਕਰਦਾ ਸੀ ਉਹਦੇ ਕਰਕੇ ਵੇਇਨ ਸਾਡੀਆਂ ਜਿਮ ਵਾਲਿਆਂ ਦੀਆਂ ਅਪੀਅਰ ਜ਼ਿਆਦਾ ਹੁੰਦੀਆਂ ਤਾਂ ਉਹਨੇ ਮੈਨੂੰ ਬਿਨਾਂ ਕੋਈ ਟਾਈਮ ਦਿੱਤੇ ਜ਼ਿਆਦਾ ਸਿਰਫ 10 ਸੈਕਿੰਡ ਦੇ ਵਿੱਚ ਹੀ ਵੈਰੀਕੋਸ ਵੇਇਨਸ ਕਹਿ ਕੇ ਰਿਜੈਕਟ ਕਰਤਾ ਮੇਰੇ ਸੁਪਨੇ ਇੱਕ ਵਾਰ ਫੇਰ ਟੁੱਟ ਗਏ ਸੀ ਐਨੀ ਮਿਹਨਤ ਕਰਨ ਦੇ ਬਾਵਜੂਦ ਐਨੇ ਐਨੇ ਪੜਾਈ ਕਰਨ ਦੇ ਬਾਵਜੂਦ ਇੰਨੀ ਫਿਜ਼ੀਕਲ ਪ੍ਰੈਪਰੇਸ਼ਨ ਕਰਨ ਦੇ ਬਾਵਜੂਦ ਮੈਂ ਇੱਕ ਵਾਰ ਫੇਰ ਫੇਲ ਹੋ ਗਿਆ ਸੀ। ਮੈਨੂੰ ਬਹੁਤ ਸ਼ਰਮ ਆ ਰਹੀ ਸੀ ਕਿ ਮੈਂ ਘਰਦਿਆਂ ਨੂੰ ਕੀ ਕਹੂੰਗਾ। ਇਸ ਵਾਰ ਫੇਰ ਫੇਲ ਹੋ ਗਿਆ। ਮੇਰੇ ਘਰ ਦੇ ਮੈਨੂੰ ਤਾਨੇ ਮਾਰਨ ਕੀ ਤੂੰ ਵਰਦੀ ਦੇ ਚੱਕਰ 'ਚ ਕੋਈ ਜੌਬ ਨਹੀਂ ਕਰ ਰਿਹਾ ਕਿੰਨੀ ਵਾਰ ਫੇਲ ਹੋਏਂਗਾ ਹੋਰ ਕਿੰਨੀ ਵਾਰ ਫੇਲ ਹੋਏਂਗਾ ਤੇ ਮੈਂ ਮਨ ਸੋਚਿਆ ਕਿ ਜਿਹੜਾ ਇੱਕ ਬੰਦਾ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹੈ ਵਰਦੀ ਪਾ ਕੇ ਉਹਨੂੰ ਉਹ ਮੌਕਾ ਕਿਉਂ ਨਹੀਂ ਦਿੱਤਾ ਜਾ ਰਿਹਾ। ਮੈਂ ਡਾਕਟਰ ਦੇ ਕੋਲ ਵੀ ਗਿਆ ਮੈਡੀਕਲ ਚੈੱਕਅਪ ਕਰਾਨ ਕੀ ਕੀ ਮੇਰੇ ਵਾਕੀ ਵੈਰੀਕੋਸ ਵੇਨਸ ਹੈਗੀਆਂ ਤੇ ਡਾਕਟਰ ਨੇ ਸਰਕਾਰੀ ਡਾਕਟਰ ਨੇ ਮੇਰੇ ਦੋ ਦਿਨ ਘੰਟੇ ਚੈੱਕਅਪ ਕੀਤਾ ਟੈਸਟ ਕੀਤੇ ਉਹਨਾਂ ਨੇ ਕਿਹਾ ਤੈਨੂੰ ਕੋਈ ਵੈਰੀਕੋਸ ਵੇਨਸ ਨਹੀਂ ਹੈ ਬਟ ਮੈਂ ਇੰਨਾ ਹਤਾਸ਼ ਇੰਨਾ ਲੋ ਕੋਨਫੀਡੈਂਸ ਹੋ ਚੁੱਕਿਆ ਸੀ ਇੰਨਾ ਉਦਾਸ ਹੋ ਚੁੱਕਿਆ ਸੀ ਕਿ ਮੈਂ ਰੀ ਮੈਡੀਕਲ ਵੀ ਫਾਈਲ ਨਹੀਂ ਕੀਤਾ ਕਿ ਮੇਰਾ ਰੀ ਮੈਡੀਕਲ ਕੀਤਾ ਜਾਵੇ ਮੇਰੇ ਚ ਇੰਨੀ ਹਿੰਮਤ ਇੰਨੀ એનર્ਜੀ ਮਾਈਂਡ ਦੇ ਵਿੱਚ ਬਚੀ ਹੀ ਨਹੀਂ ਸੀ ਕਿ ਮੈਂ ਕੋਈ ਹੋਰ ਪੇਪਰ ਭਰਾਂ ਜਾਂ ਫਾਈਲ ਰੀ ਮੈਡੀਕਲ ਫਾਈਲ ਕਰਾਂ ਫਿਰ ਮੈਂ ਦੇਖਿਆ ਕਿ ਸੇਮ ਟਾਈਮ ਤੇ ਆਰਮੀ ਦੀਆਂ ਭਰਤੀਆਂ ਨਿਕਲ ਰਹੀਆਂ ਸੀ ਤੇ ਪੰਜਾਬ ਪੁਲਿਸ ਦੀਆਂ ਭਰਤੀਆਂ ਵੀ ਨਿਕਲ ਰਹੀਆਂ ਸੀ ਮੈਂ ਮੁੰਡੇ ਦੇਖਦਾ ਸੀ ਗਰਾਊਂਡ ਦੇ ਵਿੱਚ ਸੇਮ ਹਾਈ ਜੰਪ ਲੌਂਗ ਜੰਪ ਤੇ ਰਨਿੰਗ ਪ੍ਰੈਕਟਿਸ ਕਰ ਰਹੇ ਹੁੰਦੇ ਸੀ ਮੈਂ ਉਹਨਾਂ ਵੱਲ ਦੇਖ ਕੇ ਕਹਿੰਦਾ ਸੀ ਕਿ ਯਾਰ ਇਹ ਚੀਜ਼ ਤਾਂ ਮੈਂ ਪਾਸ ਕੀਤੀ ਹੋਈ ਐ ਕਿਉਂ ਨਾ ਮੈਂ ਇਹ ਮੁੰਡਿਆਂ ਨੂੰ ਗਾਈਡ ਕਰਾਂ ਕਿ ਤੁਸੀਂ ਕਿੱਦਾਂ ਪਾਸ ਕਰ ਸਕਦੇ ਹੋ ਸੇਮ ਚੀਜ਼ ਜੋ ਮੈਂ ਪਾਸ ਕੀਤੀ ਐ ਮੈਂ ਇਸ ਦੀ ਵੀਡੀਓ ਬਣਾ ਕੇ YouTube ਤੇ ਪਾਤੀ ਤੇ ਜਿਹੜੇ ਕੋਚ ਨੇ ਮੈਨੂੰ ਫਿਜ਼ੀਕਲ ਟੈਸਟ ਪਾਸ ਕਰਨ ਚ ਹੈਲਪ ਕੀਤੀ ਸੀ ਮੇਰੀ ਪ੍ਰੈਕਟਿਸ ਕਰਵਾਈ ਸੀ ਉਸ ਤੋਂ ਟਿਪਸ ਲੈ ਕੇ ਉਹਨੂੰ ਨਾਲ ਲੈ ਕੇ ਮੈਂ ਵੀਡੀਓ ਬਣਾਈ ਤੇ ਹਾਈ ਜੰਪ ਟਿਪਸ ਲੌਂਗ ਜੰਪ ਟਿਪਸ ਤੇ ਰਨਿੰਗ ਟਿਪਸ ਮੈਂ ਵੀਡੀਓ ਰਾਹੀਂ ਲੋਕਾਂ ਨੂੰ ਦਿੱਤੀਆਂ ਉਹ ਵੀਡੀਓ ਉਸ ਟਾਈਮ ਬਹੁਤ ਚਲੀ ਤੇ ਕਾਈਂਡ ਆਫ ਵਾਇਰਲ ਹੋ ਗਈ ਇਹ 2016 ਦੀ ਗੱਲ ਹੈ ਤੇ ਉਹ ਵੀਡੀਓ ਦੇ ਨੀਚੇ ਬਹੁਤ ਸਾਰੇ ਕਮੈਂਟ ਆਏ ਕਿ ਵੀਰੇ ਤੁਹਾਡੀ ਵੀਡੀਓ ਨੇ ਸਾਨੂੰ ਬਹੁਤ ਹੈਲਪ ਕੀਤਾ ਬਹੁਤ ਹੈਲਪ ਕੀਤਾ ਤੇ ਸਾਡਾ ਐਗਜ਼ਾਮ ਫਿਜ਼ੀਕਲ ਐਗਜ਼ਾਮ ਵੀ ਕਲੀਅਰ ਹੋ ਗਿਆ ਮੈਨੂੰ ਬਹੁਤ ਖੁਸ਼ੀ ਹੋਈ ਦੇਖ ਕੇ ਕਿ ਚਾਹੇ ਮੈਂ ਖੁੱਤਾ ਫੇਲ ਹੋ ਗਿਆ ਸੀ ਮੈਂ ਮੈਡੀਕਲ ਚੋਂ ਫੇਲ ਹੋ ਗਿਆ ਸੀ ਬਟ ਮੇਰੀ ਵੀਡੀਓ ਨੇ ਕਾਫੀ ਲੋਕਾਂ ਨੂੰ ਹੋਰ ਪਾਸ ਕਰਵਾਤਾ ਲੋਕਾਂ ਦੇ ਮੈਸੇਜ ਆਏ ਇਨਬਾਕਸ ਕਰਨ ਲੱਗੇ ਲੋਕ ਕਿ ਤੁਹਾਡੀ ਵੀਡੀਓ ਦੇਖ ਕੇ ਮੈਂ ਪਾਸ ਹੋ ਗਿਆ ਮਿਠਾਈ ਦਾ ਡੱਬਾ ਭੇਜਣ ਲੱਗੇ ਕਈ ਕਈ ਅੱਜ ਤੱਕ ਮੈਨੂੰ ਮੈਸੇਜ ਕਰਦੇ ਨੇ ਕਿ ਵੀਰੇ ਤੁਹਾਡੇ ਕਰਕੇ ਮੇਰੀ ਨੌਕਰੀ ਲੱਗੀ ਹੈ ਤੇ ਉੱਥੋਂ ਬਸ ਮੇਰੀ YouTube ਜਰਨੀ ਦੀ ਸ਼ੁਰੂਆਤ ਹੋਈ ਕਿ ਹੁਣ ਆਪਾਂ ਐਕਸਪੀਰੀਅੰਸਿਸ ਸ਼ੇਅਰ ਕਰਨੇ ਨੇ ਆਪਣੇ ਹੁਣ ਜਿਹੜੀ ਤੁਹਾਨੂੰ ਮੈਂ ਇੱਕ ਲਾਈਨ ਸਟਾਰਟਿੰਗ ਚ ਕਹੀ ਸੀ ਕਿ ਦੋ ਪਹਾੜਾਂ ਨੂੰ ਪੁਲ ਹੀ ਨਹੀਂ ਖਾਈ ਵੀ ਜੋੜਦੀ ਹੈ ਉਹ ਹੁਣ ਮੈਂ ਇੱਕ ਚੀਜ਼ ਦੇਖ ਸਕਦਾ ਸੀ ਮੇਰੇ ਕੋਲ ਖਾਈ ਚੋਂ ਲੰਘ ਕੇ ਜਾਣ ਦਾ ਤਜਰਬਾ ਸੀ ਮੈਂ ਖੁਦ ਨੂੰ ਕਿਹਾ ਦਮਨ ਤੇਰੇ ਕੋਲ ਇਸ ਤਰ੍ਹਾਂ ਦਾ ਤਜਰਬਾ ਹੈ ਜਿਹੜੇ ਲੋਕ ਪੁਲ ਤੋਂ ਲੰਘ ਰਹੇ ਨੇ ਉਹਨਾਂ ਕੋਲ ਇਹ ਤਜਰਬਾ ਨਹੀਂ ਹੈ ਤੇ ਇਹੀ ਤਜਰਬੇ ਮੈਂ ਆਪਣੇ YouTube ਦੇ ਰਾਹੀਂ ਸ਼ੇਅਰ ਕਰਨੇ ਸ਼ੁਰੂ ਕਰ ਦਿੱਤੇ ਹੁਣ YouTube ਕਰਦੇ ਕਰਦੇ 2017 ਦੇ ਵਿੱਚ ਮੇਰੇ ਕੋਲ Times of India ਦੀ ਆਫਰ ਆਈ ਕਿ ਤੂੰ ਸਾਡੇ ਲਈ ਆਰਟੀਕਲਸ ਲਿਖ ਇਹ ਇੱਕ ਨੈਸ਼ਨਲ ਨਿਊਜ਼ਪੇਪਰ ਸੀ ਜਿਹਦੇ ਵਿੱਚ ਮੈਂ ਇੰਗਲਿਸ਼ ਦੇ ਵਿੱਚ ਆਰਟੀਕਲ ਲਿਖਣ ਨੂੰ ਕਿਹਾ ਜਾ ਰਿਹਾ ਸੀ ਹੁਣ ਜਦੋਂ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ NDA 'ਚੋਂ ਫੇਲ ਹੋਇਆ ਕਈ ਵਾਰ ਬਟ NDA 'ਚੋਂ ਫੇਲ ਹੋ ਕੇ ਵੀ ਮੇਰੀ ਇੰਗਲਿਸ਼ ਬਹੁਤ ਇੰਪਰੂਵ ਹੋ ਚੁੱਕੀ ਸੀ ਉਹ ਇੰਗਲਿਸ਼ ਨੇ ਮੈਨੂੰ ਹੈਲਪ ਕੀਤਾ ਕਿ ਮੈਂ ਇੰਗਲਿਸ਼ ਦੇ ਵਿੱਚ ਆਰਟੀਕਲਸ ਲਿਖ ਸਕਾਂ ਤੇ ਉਹ ਨੈਸ਼ਨਲ ਨਿਊਜ਼ਪੇਪਰ 'ਤੇ ਛਪ ਰਹੇ ਸੀ ਤੇ ਲੋਕ ਉਹਨੂੰ ਪੜ ਰਹੇ ਸੀ ਇੱਕ ਸਿੰਪਲ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਪੜਿਆ ਬੱਚਾ ਅੱਜ ਇੱਕ ਇੰਗਲਿਸ਼ ਅਖਬਾਰ ਦੇ ਵਿੱਚ ਆਰਟੀਕਲ ਲਿਖ ਰਿਹਾ ਸੀ ਇਸ ਤੋਂ ਬਾਅਦ ਮੇਰੇ ਕੋਲ ਹੋਰ ਓਪਰਚ्युनिटीਜ਼ ਬਹੁਤ ਸਾਰੀਆਂ ਆਂਦੀਆਂ ਗਿਆ ਮੈਂ ਬਹੁਤ ਸਾਰੇ ਬ੍ਰਾਂਡ ਕੋਲਾਬੋਰੇਸ਼ਨਸ ਕੀਤੇ ਜੋ ਬ੍ਰਾਂਡ ਮੈਂ ਖੁਦ ਯੂਜ਼ ਕਰਦਾ ਸੀ ਉਹ ਬ੍ਰਾਂਡ ਮੇਰੇ ਕੋਲ ਆ ਰਹੇ ਸੀ ਕਿ ਤੁਸੀਂ ਸਾਡੀ ਪ੍ਰੋਮੋਸ਼ਨ ਕਰੋ ਤੁਸੀਂ ਇਹਨਾਂ ਨੂੰ ਯੂਜ਼ ਕਰੋ ਫਿਰ ਮੈਂ 2000 17 ਦੇ ਵਿੱਚ ਇੱਕ ਸਿੱਖ ਰਾਈਡਰ ਕਰਕੇ ਸ਼ੋਅ ਸੀ ਉਹ ਵੀ ਜਿੱਤਿਆ 2016 ਦੇ ਵਿੱਚ ਮੈਂ ਇੱਕ ਬਾਲੀਵੁੱਡ ਫਿਲਮ ਦਾ ਹਿੱਸਾ ਬਣਿਆ ਰਣਦੀਪ ਫੁੜਾ ਜੀ ਦੇ ਨਾਲ 2019 ਦੇ ਵਿੱਚ ਮੈਨੂੰ ਇੰਟਰਨੈਸ਼ਨਲ ਬ੍ਰਾਂਡ ਮਾਈ ਪ੍ਰੋਟੀਨ ਨੇ ਸਾਈਨ ਕੀਤਾ ਆਪਣੇ ਬ੍ਰਾਂਡ ਐਂਬੈਸਡਰ ਦੇ ਲਈ ਇੰਡੀਆ ਦੇ ਲਈ ਬਹੁਤ ਕੁਝ ਬਹੁਤ ਕੁਝ ਚੀਜ਼ਾਂ ਮੈਂ ਕੀਤੀਆਂ ਹੁਣ ਸਾਰੀ ਟਾਕ ਦਾ ਸਾਰ ਮੈਂ ਤੁਹਾਨੂੰ ਇਹੀ ਦੇਣਾ ਚਾਹੂੰਗਾ ਕਿ ਐਕਸਪੀਰੀਐਂਸਿਸ ਕਦੀ ਵੇਸਟ ਨਹੀਂ ਜਾਂਦੇ ਤੁਸੀਂ ਆਪਣੀ ਲਾਈਫ ਦੇ ਫੇਲੀਅਰ ਵਾਲੇ ਐਕਸਪੀਰੀਅੰਸ ਤੋਂ ਵੀ ਕੀ ਸਿੱਖਿਆ ਉਹਨੂੰ ਆਪਣੀ ਲਾਈਫ ਦੇ ਵਿੱਚ ਇੰਪਲੀਮੈਂਟ ਕਰੋ ਤਾਂ ਕਿ ਉਹ ਹੋਰ ਵਧੀਆ ਬਣ ਸਕੇ ਜਿਵੇਂ ਆਪਾਂ ਕੋਈ ਸਪੋਰਟਸ ਖੇਡਦੇ ਆ ਗੇਮ ਖੇਡਦੇ ਆ ਉਹਦੇ ਵਿੱਚ ਹਾਰਦੇ ਆ ਤੇ ਹਾਰਨ ਤੋਂ ਬਾਅਦ ਹੀ ਆਪਾਂ ਨੂੰ ਜਿੱਤ ਦਾ ਅਸਲੀ ਮਜ਼ਾ ਤੇ ਸਵਾਦ ਪਤਾ ਲੱਗਦਾ ਹੈ ਉਦਾਂ ਹੀ ਲਾਈਫ ਨੂੰ ਲੋਕ ਇਹਦੇ ਵਿੱਚ ਵੀ ਹਾਰ ਤੇ ਜਿੱਤ ਦੋਨੋਂ ਆਣਗੀਆਂ ਫੇਲੀਅਰਸ ਵੀ ਆਣਗੇ ਤਾਂ ਹੀ ਸਕਸੈਸ ਦਾ ਮਜ਼ਾ ਆਏਗਾ ਧੰਨਵਾਦ